ਸੁਬਾਹ ਦੇ ਵਜੇ ਨੇ 10 ਤੇ ਮਾਸ਼ਾਅੱਲਾ ਯਾਰ ਹੁਣੇ ਚੱਲੇ ਨੇ ਆਪਣੇ ਮਿੱਠੇ ਜਿਹੇ ਅੱਡਾ 13 ਸੋਲੰਗ ਤੇ ਨਾਲੇ ਭਰੋਣੀਆ ਗੈਤ ਤੇ ਮੈਂ ਕਿਹਾ ਜਾਂਦੇ ਹੋਇਆ ਕਟਾਲੀਏ ਵਾਹਲ ਅੱਜ ਹਾਲਾਤ ਬੜੇ ਬੁਰੇ ਹੋਏ ਨੇ ਕਿਤੇ ਹੋਰ ਇਹਨਾਂ ਗੱਲ ਬਣ ਜੇ ਕੋਈ ਜੋ ਵੀ ਮਾਸ਼ਾਅੱਲਾ ਯਾਰ ਹੁਣਾਂ ਨੇ ਛਕਿਆ ਮੋਟਰਸਾਈਕਲ ਤੇ ਪਾਤਾ ਆਪਣੇ ਪਿੰਡ ਦੀ ਗਲੀ 'ਚੋ ਮਾਸ਼ਾਅੱਲਾ ਸਾਡੇ ਪਿੰਡ ਦੀਆਂ ਸੋਹਣੀਆਂ ਤੇ ਮਿੱਠੀਆਂ ਗਲੀਆਂ ਮੈਂ ਕਿੰਨਾ ਪਾਣੀ ਤਰੋਂ ਤਰੋਂ ਕੇ ਵੇੜੇ ਗਰਕ ਹੋਏ ਰਾਤ 'ਚ ਮੈਂ ਹੁੰਦੀਆਂ ਬੱਕਰੀਆਂ ਵੇਖਿਆ ਮੈਂ ਕਿਹਾ ਮੈਨੂੰ ਲੱਗਦਾ ਮੇਰਾ ਮੱਖਣ ਵਰਗਾ ਯਾਰ ਗਾਮਾ ਹੀ ਹੋਣਾ ਪਰ ਜਦੋਂ ਮ ਉਹਾਂ ਦੀ ਕਟਾਈ ਛਟਾਈ ਸ਼ੁਰੂ ਹੋ ਗਈ ਆ ਰਾਇਆ ਰੋਇਆ ਵੱਡ ਕੇ ਢੇਰੀਆਂ ਮਾਸ਼ਾਅੱਲਾ ਲੱਗੀਆਂ ਪਈਆਂ ਨੇ ਤੇ ਦੂਸਰੀ ਸਾਈਡ ਤੇ ਕਣਕ ਦੀ ਜੇ ਗੱਲ ਕਰੀਏ ਤੇ ਕਣਕਾ ਹਜੇ ਹਰੀਆਂ ਨੇ ਬਿਸਮਿਲ੍ਲਾ ਕਰਕੇ ਮੌਸਮ ਦੀ ਗੱਲ ਕਰੀਏ ਤੇ ਅੱਜ ਧੁੱਪ ਚੰਗੀ ਲੱਗੀ ਹੋਈ ਆ ਤੇ ਸੂਰਜ ਨੇ ਪੂਰੀ ਅੱਖ ਖਾਈ ਹੋਈ ਆ ਮੈਂ ਕਹਿੰਦਾ ਵੀ ਕਣਕਾਂ ਆਈਆਂ ਉਹ ਵੀ ਸੱਜਣੋ ਤੇ ਮਿੱਤਰੋ ਯਾਰ ਹੁਣੀ ਮਾਸ਼ਾਅੱਲਾ ਹੈਅ ਡ੍ਰੈਸਰ ਦੀ ਦੁਕਾਨ ਤੇ ਪਹੁੰਚ ਗਿਆ ਇੱਥੋਂ ਆਪਾਂ ਕਟੋਣੇ ਨੇ ਵਾਲ ਤੇ ਮੈਂ ਨਿਗਾ ਮਾਰੀ ਤੇ ਮੇਰਾ ਮਾਮਾ ਥੈਡ ਮਾਰ ਕੇ ਪਿਆ ਹੋਇਆ ਮਾਮਾ ਛੱਡ ਮੋਬਾਈਲ ਦੀ ਜਾਣ ਯਾਰ ਸਿੱਧਾ ਹੋ ਕੇ ਬੈਹ ਲ ਫੋਲੇ 200 ਕਿ ਮੈਂ ਕਿਹਾ ਮਾਮਾ ਸਣਾ ਕੰਮ ਸ਼ਾਮ ਕਿਵੇਂ ਮੈਨੂੰ ਕਹਿੰਦਾ ਵੀ ਵਧੀਆ ਮਾਸ਼ਾ ਅੱਲਾ ਮਜ਼ੇ ਲੱਗੇ ਮੈਂ ਕਿਹਾ ਕੀ ਬਾਤ ਹੈ ਇੱਧਰ ਮਾਸ਼ਾ ਅੱਲਾ ਯਾਰ ਹੁਣ ਹੀ ਬੈਗੇ ਨੇ ਕੁਰਸੀ ਤੇ ਤੇ ਨਾਲੇ ਲੈ ਆ ਆਪਣਾ ਮਿੱਠਾ ਜਿਹਾ ਕਲਿੱਪ ਤੇ ਮੈਂ ਕਿੰਨਾ ਵੀ ਲੱਗਿਆ ਵਾਲ ਕਟੋ ਇੱਧਰ ਮਾਸ਼ਾ ਅੱਲਾ ਯਾਰ ਹੁਣਾਂ ਨੇ ਵਾਲ ਸ਼ਾਲ ਕਟਾ ਕੇ ਤੇ ਜਾ ਰਹੇ ਨੇ ਆਪਣੇ ਮਿੱਠੇ ਅੱਡਾ 13 ਸੋਲੰਗ ਤੇ ਮੈਂ ਕਿਹਾ ਸਾ ਲੱਗ ਰਿਹਾ ਬਈ ਕਰ ਦੋ ਮਿੱਠਾ ਜਿਹਾ ਲਾਈਕ ਤੇ ਨਾਲੇ ਕਰ ਦਿਓ ਕਮੈਂਟ ਇਸ ਵਿਲਾ ਪੜ ਕੇ ਜੀ ਅੱਡਾ 13 ਸੋਲੰਗ ਤੇ ਪਹੁੰਚ ਗਏ ਆ ਤੇ ਇੱਥੋਂ ਪਾਉਣੀ ਆ ਆਪਾਂ ਗੈਸ ਤੇ ਅੱਜ ਕੱਲ ਗੈਸ ਦੇ ਹਾਲ ਪਾਕਿਸਤਾਨ ਦੀ ਤੇ ਮੈਂ ਕਹਿੰਨਾ ਵੀ ਇਹਦਾ ਅੱਲਾ ਹੀ ਹਾਫਿਜ਼ਾ ਵੇਖੋ ਅੱਗੇ-ਅੱਗੇ ਬਣਦਾ ਜੀ ਗੈਸ ਕੁਸ ਪਰਉਣ ਤੋਂ ਬਾਅਦ ਯਾਰ ਹੁਣੀ ਪਹੁੰਚ ਗਏ ਜੀ ਆਪਣੇ ਮੱਖਣ ਵਰਗੇ ਯਾਰ ਨਦੀਮ ਦਰਦੀ ਦੀ ਦੁਕਾਨ ਤੇ ਤੇ ਮਾਸ਼ਾਅੱਲਾ ਇੱਥੇ ਆਪਣੇ ਸਾਰੇ ਵੀਰ ਭਰਾ ਬੈਠੇ ਸੀ ਤੇ ਲਾਰੇ ਸੀ ਮਿੱਠੀ-ਮਿੱਠੀ ਗੱਪ-ਸ਼ਪ ਤੇ ਪੂਰੇ ਭਾਰ ਨਾਲ ਜਮਾਈ ਹੋਈ ਸੀ ਮਹਿਫਲ ਮੈਂ ਕਹਿੰਨਾ ਵੀ ਕਿਆ ਬਾਤ ਬਸ ਫਿਰ ਯਾਰ ਹੁਣੇ ਵੀ ਬਹਿ ਗਿਆ ਅੱਧਾ ਘੰਟਾ ਲਾਇਆ ਤੇ ਮੈਂ ਕਿਹਾ ਨਦੀਮ ਭਾਈ ਹੁਣ ਮੈਂ ਚੱਲਦਾ ਇਧਰ ਮਾਸ਼ਾਅੱਲਾ ਯਾਰ ਹੁਣੇ ਚੱਲੇ ਨੇ ਜੀ ਨਾਲ ਵਾਲੇ ਪਿੰਡ ਪਕੌਣੀਆਂ ਸੀ ਦੇਗਾ ਤੇ ਸਮਾਨ ਸਭ ਨੂੰ ਲਿਆ ਬੰਨ ਤੇ ਅਹਿਮਦ ਨੂੰ ਮੈਂ ਨਮੂਦ ਕਰੇ ਉਰਾ ਪਰਾਂ ਤੇ ਨਾਲੇ ਮਾਰੇ ਬਾਨੇ ਮੈਂ ਕਿਹਾ ਪੁੱਤਰ ਜਿਹੜੀ ਸ਼ਾ ਲੈਣੀ ਹੈ ਲੈ ਤੇ ਟਿਵੀਸ਼ਨ ਚੱਲ ਮੈਨੂੰ ਕਹਿੰਦਾ ਠੀਕ ਆ ਪਾਪਾ ਮੈਂ ਚੱਲਾਂ ਮੈਂ ਕਿਹਾ ਪਹੁੰਚ ਪੁੱਤਰ ਮੈਂ ਵੀ ਜਾ ਕੇ ਕੰਮ ਸ਼ਾਮ ਨੇ ਵੇ ਲੋ ਵੀ ਸੱਜਣੋ ਤੇ ਮਿੱਤਰੋ ਮਾਸ਼ਾਅੱਲਾ ਯਾਰ ਹੁਣੀ ਪਹੁੰਚ ਗਏ ਨੇ ਅਗਲੇ ਪਿੰਡ ਮਾਸ਼ਾਅੱਲਾ ਨਜ਼ਾਰਾ ਤੁਸੀਂ ਵੇਖ ਲਓ ਮਾਸ਼ਾਅੱਲਾ ਪਿੰਡਾਂ ਦੀਆਂ ਕਿਆ ਹੀ ਬਾਤਾਂ ਨੇ ਯਾਰ ਇੱਥੇ ਮਾਸ਼ਾਅੱਲਾ ਪਕੌਣੀਆਂ ਨੇ ਜੀ ਮੁਰਗੀ ਦੀਆਂ ਦੇਗਾਂ ਤੇ ਨਾਲ ਕਰੋਣੀਆਂ ਫਤਾਰੀ ਮੈਂ ਕਿਹਣਾ ਜੀ ਸੁਭਾਨੱਲਾ ਇੱਧਰ ਯਾਰ ਬੈਲੀ ਹੋ ਗਏ ਨੇ ਇਕੱਠੇ ਤੇ ਸਮਾਨ ਸਮੂਹ ਨੂੰ ਆ ਗਿਆ ਤੇ ਕੰਮ ਮਾਸ਼ਾਅੱਲਾ ਕਰ ਦਿੱਤਾ ਸ਼ੁਰੂ ਕੋਈ ਨਹੀਂ ਯਾਰ ਕਿਉਂਕਿ ਕਰਨਾ ਸੀ ਕੰਮ ਤੇ ਮੈਂ ਕਿਹ ਜੀ ਲੂਨ ਵਿੱਚ ਨਾ ਚੈੱਕ ਕੀਤੀ ਤੇ ਕੋਣ ਕਹੇਗਾ ਵੀ ਤੂੰ ਦੇਗਾ ਪਕਾਈਆਂ ਨੇ ਇੱਧਰ ਮਾਸ਼ਾਅੱਲਾ ਜੀ ਤਿੰਨ ਮੁਰਗੀ ਦੀਆਂ ਪਕੌਣੀਆਂ ਨੇ ਦੇਗਾ ਤੇ ਤਿੰਨਾ ਦੇਗਾ ਦਾ ਮਸਾਲਾ ਕਰ ਰਹੇ ਆ ਇੱਕੋ ਦੇਗ ਦੇ ਵਿੱਚ ਤਿਆਰ ਤੇ ਯਾਰ ਬੇਲੇ ਲੱਗੇ ਬੈਠੇ ਨੇ ਤੇ ਕਰ ਰਹੇ ਨੇ ਇੰਜੋਏ ਮੈਂ ਕਿੰਨਾ ਵੀ ਕਿਆ ਇੱਧਰ ਦੇਗਾ ਦੇ ਵਿੱਚ ਮਸਾਲਾ ਮਸੂਲਾ ਪਾ ਕੇ ਗੋਸ਼ਤ ਧੋ ਕੇ ਤੇ ਪਾਤਾ ਦੇਗਾ ਦੇ ਵਿੱਚ ਤੇ ਹੁਣ ਵੱਡੇ ਯੂਟਿਊਬਰਾਂ ਵਾਲਾ ਆਪਾਂ ਲਾਉਣਾ ਫਿਲਟਰ ਤੇ ਇੱਕ ਹੱਥ ਦੇ ਵਿੱਚ ਕਰ ਦੇਣੀ ਦੇਗਾ ਤਿਆਰ ਲੋ ਵੀ ਸੱਜਣੋ ਤੇ ਮਿੱਤਰੋ ਮਾਸ਼ਾਅੱਲਾ ਦੇਗਾ ਪੱਕ ਕੇ ਹੋ ਗਈਆਂ ਨੇ ਤਿਆਰ ਤੇ ਮਾਸ਼ਾਅੱਲਾ ਕਿਹਦਾ ਲੱਗਾ ਜ ਕੰਮ ਬਿਲਕੁਲ ਹੋ ਗਿਆ ਰੈਡੀ ਇਧਰ ਮਾਸ਼ਾਅੱਲਾ ਜੀ ਚੈੱਕ ਕਰੋ ਡੁੱਬਦੇ ਸੂਰਜ ਦਾ ਨਜ਼ਾਰਾ ਮੈਂ ਕਹਿੰਨਾ ਵੀ ਕੀ ਬਾਤ ਹੈ ਯਾ ਅੱਲਾ ਤੇਰਾ ਸੋਹਣੇ ਸੋਹਣੇ ਰੰਗ ਮਾਸ਼ਾਅੱਲਾ ਕਰਦੋ ਜੀ ਮਿੱਠਾ ਜਿਹਾ ਲਾਇਕ ਤੇ ਨਾਲੇ ਕਰ ਦਿਓ ਕਮੈਂਟ ਮਾਸ਼ਾਅੱਲਾ ਜੀ ਮਾਸ਼ਾਅੱਲਾ ਬੰਦੇ ਡੇਰੇ ਤੇ ਹੋ ਗਏ ਨੇ ਇਕੱਠੇ ਤੇ ਪਿੰਡ ਦੇ امام ਅਜਾ ਸਭ ਪੜ੍ਹ ਰਹੇ ਨੇ ਕੁਰਾਨ ਪਾਕ ਮਾਸ਼ਾਅੱਲਾ ਕੀ ਬਾਤ ਲੋਬੀ ਸਜਣੋ ਤੇ ਮਿੱਤਰੋ ਅਸੀਂ ਕਰਨ ਲੱਗੇ ਜੀ ਆਪਣਾ ਕੰਮ ਮਾਸ਼ਾਅੱਲਾ ਰੋਜ਼ੀਦਾਰਾਂ ਦੀ ਕਰਨ ਲੱਗੇ ਆਂ ਖਿਦਮਤ ਤੁਸੀਂ ਕਰ ਦਿਓ ਮਿੱਠਾ ਜਿਹਾ ਲਾਇਕ ਤੇ ਨਾਲੇ ਕਰ ਦਿਓ ਵੀਡੀਓ ਨੂੰ ਸ਼ੇਅਰ ਵੀਡੀਓ ਕਿਵੇਂ ਦੀ ਲੱਗੀ